ਫਗਵਾੜਾ ਦੇ ਪਿੰਡ ਭਗਾਣਾ 'ਚ 17 ਸਾਲਾਂ ਭਤੀਜੇ ਨੇ ਆਪਣੇ ਚਾਚੇ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ। ਜਾਣਕਾਰੀ ਦੇ ਮੁਤਾਬਕ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਇਹਨਾਂ ਦੇ ਵਿਚਕਾਰ ਝੜਪ ਹੋਈ, ਜਿਸ ਤੋਂ ਬਾਅਦ ਬੇਟੇ ਨੇ ਆਪਣੇ ਪਿਤਾ ਦੇ ਨਾਲ ਮਿਲ ਕੇ ਹੀ ਚਾਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ਦੀ ਕਿ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੇਟਾ ਆਪਣੇ ਪਿਤਾ ਦੇ ਨਾਲ ਮਿਲ ਕੇ ਚਾਚੇ ਤੇ ਰੌੜ ਦੇ ਨਾਲ ਵਾਰ ਕਰਦਾ ਹੋਇਆ ਦਿਖਾਈ ਦੇ ਰਿਹਾ। ਪੂਰੇ ਹਮਲੇ ਦੇ ਦੌਰਾਨ ਇਹ ਸ਼ਖਸ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਕਿ ਜਦੋਂ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਉਸਨੇ ਉੱਥੇ ਦਮ ਤੋੜ ਦਿੱਤਾ। ਤੇ ਕੀ ਨਾਮ, ਕੀ ਮ੍ਰਿਤਕ ਦਾ ਕੀ ਨਾਮ ਹੈ? ਮੁਕਲ ਦਰਵੈਰ ਸਿੰਘ। ਇਹ ਕਿੰਨੀ ਉਮਰ ਸੀ ਇਹਦੀ? ਇਹਦੀ 40 ਸਾਲ। ਤੇ ਜਿਸ ਬੰਦੇ ਨੇ ਹਮਲਾ ਕੀਤਾ ਉਹ ਕੌਣ ਸੀ? ਉਹ ਇਹਨਾਂ ਦੇ ਵਿੱਚੋਂ ਹੀ ਸੀਗਾ ਜੀ, ਚਾਚੇ ਦੇ। ਕੋਈ ਇਹਦੀ ਗੱਲ ਨਹੀਂ ਸੀ ਇਹਨਾਂ ਦੀ, ਪਰ ਪਤਾ ਨਹੀਂ ਇੰਨੀ ਕਿਉਂ ਕਦਮ ਇਹਨਾਂ ਚੱਕਿਆ ਉਹਨਾਂ ਨੇ। ਤੇ ਕੀ ਨਾਮ ਹੈ ਉਸ ਨੌਜਵਾਨ ਦਾ, ਕਿੰਨੀ ਉਮਰ ਦਾ ਨੌਜਵਾਨ? ਜਿਵੇਂ ਮਹਾਰਾਜ, ਉਹ ਇੱਕ ਤਾਂ 17-18 ਸਾਲ ਦਾ, 17 ਸਾਲ ਦਾ, ਇੱਕ ਆਊਗਾ ਕੋਈ 50 ਸਾਲ ਦਾ। ਇਹ ਦੋਨੇ ਹੀ ਕੀ ਆਪਸ ਇਹਨਾਂ ਦਾ ਰਿਸ਼ਤਾ ਕੀ ਸੀ? ਚਾਚੇ ਦਾ ਇਹਦੇ ਲੜਕੇ ਤੋਂ ਲੱਗਦਾ ਸੀ ਜਿਹਨਾਂ ਨੇ ਮਰਡਰ ਕੀਤਾ। ਤੇ ਦੋ ਵਿਅਕਤੀ ਨੇ ਮਰਡਰ ਕੀਤਾ, ਬਾਪ ਬੇਟਾ। ਉਹ ਜਿਹੜਾ ਬਾਪ ਬੇਟੇ ਨੇ ਰਲ ਕੇ ਉਸ ਆਪਣੇ ਰਿਸ਼ਤੇਦਾਰ ਦਾ ਮਰਡਰ ਕੀਤਾ, ਤੇ ਉਹ ਜਿਹੜਾ ਮੁੰਡਾ ਹੈਗਾ ਜਿਹਨੇ ਮਰਡਰ ਕੀਤਾ, ਜਿਹਨੇ ਲੋਹੀ ਦੇ ਰੋਡ ਨਾਲ ਹਮਲਾ ਕੀਤਾ ਸੀ, ਉਹਦੀ ਕਿੰਨੀ ਉਮਰ ਹੈ ਇਸ ਟਾਈਮ? ਉਹਦੀ ਉਮਰ 18 ਸਾਲ ਹੈ। ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਇੱਕ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਦੂਜੇ ਦੀ ਭਾਲ ਜਾਰੀ ਹੈ। ਹਾਂਜੀ ਸਰ, ਜਿਹੜਾ ਇੱਕ ਬੰਦੇ ਦਾ ਮਰਡਰ ਹੋਇਆ ਇਹਦੇ ਬਾਰੇ ਕੱਲ ਰਾਤੀ ਬਗਾਣਾ ਦੌਲਤ ਪਿੰਡੀ ਦੇ ਵਿੱਚ ਪੁਲਿਸ ਸਟੇਸ਼ਨ ਦੇ ਵਿੱਚ ਪਿੰਡ ਆ, ਉਹਦੇ ਢਾਬੇ ਦਾ ਮਾਲਕ ਹੈ ਨਰਵੈਰ ਸਿੰਘ, ਜਿਹਨੂੰ ਉਹਦੇ ਕਜ਼ਨ ਬ੍ਰਦਰ ਅਤੇ ਉਹਦੇ ਭਤੀਜੇ ਵੱਲੋਂ ਸੱਟਾਂ ਮਾਰ ਕੇ ਮਾਰਿਆ ਗਿਆ, ਜਿਹਨੂੰ ਪਹਿਲਾਂ ਸਿਵਲ ਹਸਪਤਾਲ ਨੂੰ ਦਾਖਲ ਕਰਾਇਆ ਗਿਆ, ਲੇਕਿਨ ਉਹਦੇ ਰਾਤ ਨੂੰ ਉਹਦੀ ਡੈਥ ਹੋ ਗਈ ਹੈ। ਜਿਸ ਦੇ ਵਿੱਚ ਮੁਕੱਦਮਾ 302 ਦਾ ਕੇਸ ਰਜਿਸਟਰ ਕੀਤਾ ਗਿਆ ਸੀ, ਔਰ ਜਿਹਦੇ ਵਿੱਚ ਅਸੀਂ ਉਹਦੇ ਕਜ਼ਨ ਜਿਹੜਾ ਹੈ ਜਸਪਾਲ ਸਿੰਘ ਨੂੰ ਅਰੈਸਟ ਕਰ ਲਿਆ, ਉਹਦੇ ਭਤੀਜੇ ਨੂੰ ਜਲਦੀ ਅਰੈਸਟ ਕਰ ਲਿਆ ਜਾਏਗਾ। ਕਾਰਨ ਕੀ ਹੈ, ਸਾਹਮਣੇ ਮਰ ਕਿਉਂ ਮਾਰਿਆ ਗਿਆ ਜੀ? ਐਕਚੁਲੀ ਇਹਦਾ ਢਾਬਾ ਹੈ ਮਰਨ ਵਾਲੇ ਦਾ, ਔਰ ਮਰਨ ਵਾਲੇ ਦਾ ਨਾਲ ਉਹਦੀ ਬੈਕ ਸਾਈਡ 'ਤੇ ਚਾਏ ਨਾਲ ਪਕੌੜੇ ਜਾਂ ਜੋ ਮਿਠਾਈ ਸਵੀਟਸ ਵਗੈਰਾ ਦਾ ਦੁਕਾਨ ਹੈ, ਜੋ ਇਹਨਾਂ ਦੀ ਆਪਸ ਦੇ ਵਿੱਚ ਨਿੱਕੀ ਨਿੱਕੀ ਨੋਕ ਝੋਕ ਚੱਲਦੀ ਰਹਿੰਦੀ ਸੀ, ਜੋ ਇਹ ਐਂਡ ਦੇ ਉੱਤੇ ਆ ਕੇ ਇਹ ਮਰਡਰ ਦਾ ਕਾਰਨ ਬਣਿਆ। ਜਲੰਧਰ ਤੋਂ ਵਿਨੇ ਸ਼ਰਮਾ, ਦੈਨਿਕ ਸਵਰਾ ਟੀਵੀ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।